ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ। ਅੱਜ ਅਸੀਂ ਤੁਹਾਡੇ ਸਾਹਮਣੇ ਆਏ ਹਾਂ ਵੀ ਜਿਹੜਾ ਮੁੱਦਾ ਚੱਲਦਾ ਪਿਆ ਕਿਸਾਨੀ 'ਚ ਪੰਜਾਬ ਦਾ, ਹਾਂਜੀ, ਬਹੁਤ ਸਾਰਾ ਵਿਰੋਧ ਹੁੰਦਾ ਪਿਆ ਹੈ। ਵੱਡੇ ਵੱਡੇ ਆਪਣੇ ਸਿੰਗਰ ਵੀ ਹੁਣ ਤਾਂ ਜਸ ਬਾਜਵਾ ਹੋਣੀ, ਹਰਜੀਤ ਹਰਮਨ ਹੋਣੀ, ਉਹ ਰੋਡਾਂ ਬੱਬੂ ਤੇ ਉਤਰੇ ਮਾਨ ਹੋਏ ਆ। ਸਾਰੇ ਵਿਰੋਧ ਕਰਦੇ ਪਏ ਆ। ਹਾਂਜੀ ਹਾਂਜੀ। ਪਰ ਕੱਲ੍ਹ ਮੈਂ ਇੱਕ ਵੀਡੀਓ ਦੇਖਦਾ ਪਿਆ ਸੀ ਯੂਟਿਊਬ 'ਤੇ, ਉਹ 'ਚੋਂ ਪੱਤਰਕਾਰ ਜਾ ਕੇ ਸਵਾਲ ਪੁੱਛਦਾ ਵਾ ਨੌਜਵਾਨ ਪੀੜ੍ਹੀ ਨੂੰ ਕਿ ਤੁਸੀਂ ਇੱਥੇ ਕਿਉਂ ਆਏ ਹੋਏ ਜੀ। ਪਰ ਕਿਸੇ ਨੂੰ ਵੀ ਪਤਾ ਨਹੀਂ ਆ ਵੀ ਇਹ ਨਹੀਂ ਬਿੱਲ ਪਤਾ। ਦਾ ਕੀ ਨੁਕਸਾਨ ਆ ਅਤੇ ਕੀ ਫਾਇਦਾ ਵਾ। ਅਤੇ ਇਸ ਵੀਡੀਓ ਦੇ ਦੌਰਾਨ ਅਸੀਂ ਤੁਹਾਨੂੰ ਇਹੀ ਦੱਸਾਂਗੇ ਵੀ ਇਹਦੇ ਨੁਕਸਾਨ ਕੀ। ਵੈਸੇ ਤਾਂ ਜੀ ਨੁਕਸਾਨ ਤਾਂ ਇਹਦੇ ਜ਼ਿਆਦਾ ਵਾ ਅਤੇ ਫਾਇਦੇ ਤਾਂ ਬਹੁਤ ਹੀ ਘੱਟ ਆ। ਹਾਂਜੀ, ਸਟਾਰਟਿੰਗ ਦੇ ਵਿੱਚ ਤੁਹਾਨੂੰ ਚਲੋ ਫਾਇਦਾ ਨਜ਼ਰ ਆਏਗਾ ਇੱਕ ਦੋ ਕਿਉਂਕਿ ਸਾਲ ਇਹ ਤੱਕ, ਹਾਂਜੀ ਪਹਿਲੇ ਦੇ 1-2 ਸਾਲ ਤੱਕ ਮੈਨੂੰ ਲੱਗਦਾ ਫਾਇਦਾ ਦੇਣਗੇ ਕਿ ਹਾਂਜੀ ਜਿੰਨਾ ਕਿ ਕੋਈ ਵਿਰੋਧ ਨਾ ਕਰੇ, ਪਰ ਬਾਅਦ 'ਚੋਂ। ਹਾਂਜੀ ਕਿਉਂਕਿ 1-2 ਸਾਲ ਤੁਹਾਨੂੰ ਇਹ ਲੱਗੇਗਾ ਜਿੱਦਾਂ ਵੀ ਇੱਕ ਆੜ੍ਹਤੀਆਂ ਵਿੱਚੋਂ ਖਤਮ ਕਰਤਾ ਬਿਲਕੁਲ ਹੀ, ਤੁਹਾਨੂੰ ਸਿੱਧਾ ਹੀ ਤੁਸੀਂ ਡਾਇਰੈਕਟ ਡੀਲ ਕਰ ਸਕਦੇ ਜੇ ਵੱਡੇ ਵੱਡੇ ਡੀਲਰਾਂ ਨਾਲ। ਦੂਜਾ ਤੁਹਾਡਾ ਟਰਾਂਸਪੋਰਟੇਸ਼ਨ ਦਾ ਦੱਸਿਆ ਜਾ ਰਿਹਾ ਵੀ ਉਹ ਵੀ ਤੁਹਾਡਾ ਬਚਾਤਾ ਹੈ ਕੰਮ। ਪਰ ਮੇਨ ਗੱਲ ਆਉਂਦੀ ਆ ਵੀ MSP ਜਿਹੜਾ ਵਾ, ਮਿਨੀਮਮ ਸਪੋਰਟ ਪ੍ਰਾਈਜ਼, ਉਹ ਨਾ ਤਾਂ ਕਿਤੇ ਲਿਖਿਆ ਗਿਆ ਹੈ ਬਿੱਲ ਦੇ ਵਿੱਚ, ਸਿਰਫ ਇੱਕ ਵਰਬਲੀ ਦੱਸਿਆ ਗਿਆ ਹੈ ਕਿ ਤੁਹਾਨੂੰ ਇੰਨਾ ਦਿੱਤਾ ਜਾਏਗਾ। ਮੰਨ ਲਓ ਵੀ ਪਹਿਲੇ ਸਾਲ ਤੁਹਾਨੂੰ ਦੇ ਤਾ, ਦੂਜੇ ਸਾਲ ਤੁਹਾਨੂੰ ਦਿੰਦੇ ਹੀ ਨਹੀਂ ਆ। ਦੂਜੇ ਸਾਲ ਮੰਨ ਲਓ ਵੀ ਇੱਕ ਜੀਓ ਮਾਰਟ ਆਉਂਦਾ ਪਿਆ ਵਾ, ਅਗਰ ਤੁਸੀਂ ਸਰਚ ਕੀਤਾ ਹੋਏ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਜੀਓ ਮਾਰਟ, ਜਿੱਦਾਂ ਤੁਸੀਂ ਵਿਸ਼ਾਲ ਮੈਗਾ ਮਾਰਟ ਸੁਣਿਆ ਹੋਇਆ ਵਾ, ਪ੍ਰਾਈਵੇਟ ਕੰਪਨੀ ਜਿੰਨੀ ਹੈ। ਹਾਂ ਬਿਲਕੁਲ, ਵੀ ਮੁਕੇਸ਼ ਅੰਬਾਨੀ ਉਹਨਾਂ ਦਾ, ਉਹਨਾਂ ਦੇ ਨਾਲ ਤੁਹਾਨੂੰ ਲਿੰਕ ਕੀਤਾ ਜਾਏਗਾ। ਮੰਨ ਲਓ ਵੀ ਉਹ ਤੁਹਾਡੇ ਕੋਲ ਬਹੁਤ ਹੀ ਸਸਤੀ ਫਸਲ ਲੈਂਦੇ ਆ, ਜੇ MSP ਹੈ ਹੀ ਨਹੀਂ ਆ ਕੋਈ, ਤਾਂ ਉਹ ਤੁਹਾਡੇ ਕੋਲ ਲੈਂਦੇ ਆ 600 ਦੀ, ਅੱਗੇ ਵੇਚਦੇ 1200 ਦੀ, ਤੁਹਾਡਾ ਲੋਸ ਹੈ ਜੀ। ਦੂਜੀ ਮੇਨ ਗੱਲ ਹੈ ਜੀ ਵੀ ਤੁਸੀਂ ਕਿੱਥੇ ਸਟੋਰ ਕਰੋਗੇ ਇੰਨੀ ਫਸਲ, ਹਾਂਜੀ, ਕਿਤੇ ਵੀ ਨਹੀਂ ਕਰ ਸਕਦੇ। ਇੰਨੇ ਸਟੋਰੇਜ ਹੁੰਦੇ ਨਹੀਂ ਕਿਸੇ ਕੋਲ। ਹਾਂਜੀ, ਕੋਲਡ ਸਟੋਰੇਜ ਕਿਸਾਨ ਕੋਲ ਹੈ ਨਹੀਂ। ਹਾਂ, ਅਤੇ ਦੂਜੇ ਸਟੋਰੇਜ ਕਿੱਥੋਂ ਦੇ ਆਊਗਾ? ਹਾਂਜੀ, ਜੇ ਸਟੋਰੇਜ ਤੁਸੀਂ ਕਿੱਥੋਂ ਬਣਾਓਗੇ, ਇਹ ਮੇਨ ਨੁਕਸਾਨ ਹੈ ਜੀ। ਜੇ ਸਰਕਾਰ ਤੁਹਾਨੂੰ ਕਹਿੰਦੀ ਹੈ ਵੀ ਤੁਸੀਂ ਡਾਇਰੈਕਟਲੀ ਵੀ ਡੀਲਰ ਨਾਲ ਜਿੰਨੀ ਮਰਜ਼ੀ ਪੈਸੇ ਦੇ ਕੇ ਲੈ ਸਕਦੇ ਉਹ ਤਾਂ ਜੀ। ਫਿਰ ਆਪਾਂ ਨੂੰ ਉਦੋਂ ਐਟ ਦ ਟਾਈਮ ਵੇਚਣੀ ਪੈਣੀ ਆ, ਅਤੇ ਹਾਂਜੀ ਐਟ ਦ ਟਾਈਮ ਫਿਰ ਉਹਨਾਂ ਦੀ ਮਰਜ਼ੀ ਆ, ਜਿੰਨਾ ਮਰਜ਼ੀ ਪ੍ਰਾਈਜ਼ ਲਾਉਣ, ਕਿਉਂਕਿ ਕਿਸੇ ਵਿਚਾਲੀਏ ਤਾਂ ਕੋਈ ਹੋਣਾ ਹੀ ਨਹੀਂ ਗਾ, ਨਾ ਆੜ੍ਹਤੀ ਹੋਣਾ, ਆਪਾਂ ਡਾਇਰੈਕਟ ਡੀਲ ਕਰਨੀ ਆ, ਅਤੇ ਹਾਂਜੀ ਉਹ 'ਚ ਤਾਂ ਅਗਲੇ ਦੀ ਮਰਜ਼ੀ ਆ, ਕਿਉਂਕਿ ਆਪਾਂ ਤਾਂ ਸਟੋਰ ਕਰ ਹੀ ਨਹੀਂ ਸਕਦੇ, ਅਤੇ ਆਪਾਂ ਨੂੰ ਵੇਚਣੀ ਹੀ ਪੈਣੀ ਆ ਜਿੰਨਾ ਰੇਟ ਉਹ ਦਿੰਦੇ ਆ। ਹਾਂਜੀ, ਬਾਕੀ ਕਿਸਾਨ ਤੁਹਾਨੂੰ ਪਤਾ ਵੀ ਫਸਲ ਵੇਚੇਗਾ ਤਾਂ ਫਿਰ ਹੀ ਉਹਦਾ ਚੱਲੇਗਾ ਸਰਕਲ, ਹਾਂ, ਕਿਉਂਕਿ ਇੰਨਾ ਤਾਂ ਹੋਇਆ ਨਹੀਂ ਆ ਵੀ ਉਹਦੇ ਕੋਲ ਬਹੁਤ ਪੈਸਾ ਕਿ ਸਟੋਰ ਕਰ ਲਵੇ ਹਾਂਜੀ, ਜਾਂ ਕੋਈ ਰੋਕ ਲਵੇ ਸਟੋਰ, ਫਸਲ। ਰੋਕੇਗਾ ਤਾਂ ਸਾਰਾ ਸਰਕਲ ਰੁਕ ਜਾਏਗਾ। ਹਾਂਜੀ ਹਾਂਜੀ ਹਾਂਜੀ, ਸਾਰਾ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਤਾਂ ਹਾਲ ਤਾਂ ਪਹਿਲਾਂ ਹੀ ਇਹੋ ਜਿਹੇ ਆ ਕਿ ਪਹਿਲਾਂ ਹੀ ਕਰਜ਼ੇ 'ਤੇ ਚੱਲਣ ਦਿਆ ਕੰਮ। ਹਾਂਜੀ, ਬਾਕੀ ਮੇਨ ਮਕਸਦ ਇਹ ਵੀਡੀਓ ਦਾ ਇਹੀ ਆ ਵੀ ਨੌਜਵਾਨਾਂ ਨੂੰ ਪਤਾ ਲੱਗੇ ਵੀ MSP ਜਿਹੜੀ ਉਹ ਜਸਟ ਵਰਬਲੀ ਗੱਲ ਕਹੀ ਗਈ ਹੈ, ਉਹ ਕਿਤੇ ਵੀ ਰਿਟਰਨ ਨਹੀਂ ਲਿਖਿਆ ਹੋਇਆ ਬਿੱਲ ਦੇ ਵਿੱਚ। ਹਾਂਜੀ, ਉਹ ਤੁਹਾਨੂੰ ਸਰਕਾਰ 1-2 ਸਾਲ ਬਾਅਦ ਜਿੰਨਾ ਮਰਜ਼ੀ ਰੇਟ ਲਾਏਗੀ ਤੁਸੀਂ ਕੁਛ ਨਹੀਂ ਕਰ ਸਕਦੇ। ਇਹਦੇ ਨਾਲ ਖਾਲੀ ਜੇ ਆਪਾਂ ਆਪਣਾ ਨੁਕਸਾਨ ਹੀ ਨਹੀਂ ਗਾ, ਸਟੇਟ ਦਾ ਵੀ ਬਹੁਤ ਤਗੜਾ ਨੁਕਸਾਨ ਆ, ਕਿਉਂਕਿ ਹਾਂਜੀ ਦੇਖਿਆ ਜਾਏ ਤਾਂ ਗੌਰਮੈਂਟ ਪੰਜਾਬ ਦੀ ਗੌਰਮੈਂਟ, ਮੈਂ ਇੰਟਰਨੈਟ ਤੋਂ ਡਾਟਾ ਕੱਢਿਆ ਸੀ ਅਤੇ ਮੈਂ ਉੱਥੋਂ ਦੇਖਣ ਦਿਆ ਸੀ 4200 ਕਰੋੜ ਕਮਾਉਂਦੀ ਆ ਪੰਜਾਬ ਦੀ ਗੌਰਮੈਂਟ ਇੱਕ ਸੀਜ਼ਨ ਦੀ ਫਸਲ ਨਾਲੋਂ, ਅਤੇ ਉਹਦੇ ਵਿੱਚ 3% ਜਿਹੜਾ ਮਾਰਕੀਟ ਦਾ ਜਿਹੜਾ ਟੈਕਸ ਹੁੰਦਾ, ਅਤੇ ਬਾਕੀ RDF ਜਿੰਨਾ ਰੋਡ ਵਗੈਰਾ ਬਣਦੇ ਆ ਆਪਣੇ ਸਟੇਟ ਦੇ ਰੋਡ ਵਗੈਰਾ ਦਾ ਵਰਕ ਹੁੰਦਾ, ਜਿੰਨੇ ਵੀ ਲਿੰਕ ਰੋਡ ਆ ਪੰਜਾਬ ਦੇ, ਹਾਂ, ਉਹ ਸਾਰੇ ਸਾਰੇ RDF ਦੇ ਟੈਕਸ ਦੇ ਅੰਡਰ ਬਣਦੇ ਆ, ਅਤੇ ਜਿਹੜਾ 2% ਆੜ੍ਹਤੀਆਂ ਦਾ ਜਿਹੜਾ, ਹਾਂ, ਬਸ ਉਹਦਾ ਤੁਹਾਨੂੰ ਬਸ 2.5% ਜਿਹੜਾ ਆਈ ਆਪਾਂ ਨੂੰ ਦਿਖਾਉਂਦੇ ਆ ਕਿ ਉਹ ਤੁਹਾਡਾ ਟੈਕਸ ਬਚ ਜੂਗਾ, ਪਰ ਜੇ ਆਪਣਾ 2.5% ਆਪਾਂ ਨੂੰ ਉਹਨਾਂ ਨੂੰ ਦਿੰਦੇ ਹਾਂ ਅਤੇ ਆਪਾਂ ਨੂੰ ਇੱਕ ਰੇਟ ਤਾਂ ਮਿਲਦਾ ਕਿ ਆਪਣੀ ਆਹ ਰੇਟ 'ਤੇ ਫਸਲ ਵਿਕ ਜੂਗੀ, ਜੇ ਆਪਾਂ ਨੂੰ ਚਲੋ 2.5% ਦਾ ਆਪਾਂ ਨੂੰ ਇੰਨਾ ਦੁੱਖ ਨਹੀਂ ਗਾ, ਪਰ ਗਾਂਹ ਜਾ ਕੇ ਜੇ ਆਪਾਂ ਨੂੰ ਰੇਟ ਹੀ ਬਹੁਤ ਘੱਟ ਮਿਲੂਗਾ ਤਾਂ ਆਪਾਂ ਕੀ ਕਰਨਾ ਫਿਰ? 2.5% ਆਪਾਂ ਨੂੰ ਇੰਨਾ ਮਾੜਾ ਨਹੀਂ ਪੈਣਾ ਜਿੰਨਾ ਆਪਾਂ ਨੂੰ ਨਵੇਂ ਰੂਲ ਮਾੜੇ ਪੈ ਜਾਣੇ। ਹਾਂਜੀ ਬਿਲਕੁਲ, ਬਾਕੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਇਹੀ ਸੇਮ ਬਿੱਲ USA ਵਿੱਚ, ਯੂਰਪ ਵਿੱਚ, ਸਾਈਪ੍ਰਸ ਔਲਰੇਡੀ ਚੱਲਦਾ ਪਿਆ ਉੱਥੇ। ਹਾਂਜੀ, ਪਰ ਤੁਸੀਂ ਦੇਖ ਸਕਦੇ ਜੀ ਇੰਟਰਨੈਟ 'ਤੇ ਵੀ ਉੱਥੇ ਸਿਰਫ ਕਿਸਾਨ ਲੋਸ ਵਿੱਚ ਜਾ ਰਹੇ ਆ। ਹਾਂ, ਉਹ ਵੀ USA ਵਿੱਚ ਮੋਸਟਲੀ ਬੰਦੇ ਕਿਸਾਨੀ ਛੱਡ ਗਏ, ਹਾਂ, ਅਰਬਨ ਏਰੀਆ ਵਿੱਚ ਸ਼ਿਫਟ ਹੁੰਦੇ ਪਏ ਕਿਉਂਕਿ ਉਹਨਾਂ ਨੂੰ ਇਹ ਬਿੱਲ ਕਰਕੇ ਬਹੁਤ ਨੁਕਸਾਨ ਹੋ ਰਿਹਾ। ਜਿੰਨੇ ਵੀ ਕਿਸਾਨ ਬਚੇ ਆ ਉਹ ਵੀ ਤਾਂ ਬਚੇ ਆ ਕਿਉਂਕਿ ਉਹਨਾਂ ਨੂੰ ਗੌਰਮੈਂਟ ਵੱਲੋਂ ਪੂਰੀ ਸਪੋਰਟ ਹੈ, ਅਤੇ ਆਪਣੀ ਗੌਰਮੈਂਟ ਨੇ ਆਪਣੀ ਕੋਈ ਸਪੋਰਟ ਨਹੀਂ ਕਰਨੀ। ਹਾਂਜੀ, ਬਾਕੀ ਤੁਹਾਨੂੰ ਪਤਾ ਹੀ ਆ ਵੀ ਕਿਸਾਨ ਵਿਰੋਧੀ ਸ਼ੁਰੂ ਤੋਂ ਸਰਕਾਰਾਂ ਰਹੀਆਂ ਨੇ ਅਤੇ ਉਹ ਰਹਿਣੀਆਂ ਹੀ ਆ। ਤੁਹਾਨੂੰ ਇੱਕ ਸਿਰਫ ਲੋਲੀਪੋਪ ਦਿੱਤਾ ਗਿਆ ਵਾ ਅਤੇ ਤੁਹਾਨੂੰ ਵੀ ਤੁਸੀਂ ਔਨਲਾਈਨ ਆਪਣੀ ਫਸਲ ਵੇਚ ਸਕਦੇ ਜਾਂ ਡੀਲ ਕਰ ਸਕਦੇ ਕਿਸੇ ਕੰਪਨੀ ਨਾਲ, ਜਿੰਨਾ ਮਰਜ਼ੀ ਪ੍ਰਾਈਜ਼ ਲੈ ਸਕਦੇ, ਪਰ ਤੁਹਾਨੂੰ
ਪ੍ਰਾਈਜ਼ ਸਰਕਾਰ ਕਿੱਦਾਂ ਦਊਗੀ, ਕਿਉਂਕਿ ਸਰਕਾਰ ਨੇ ਕਿਤੇ ਦੱਸਿਆ ਹੀ ਨਹੀਂ ਹੋਇਆ ਤੁਹਾਨੂੰ, ਬਿੱਲ ਦੇ ਹਾਂ, ਵਿੱਚ ਲਿਖਿਆ ਹੀ ਨਹੀਂ ਹੋਇਆ ਕਿਤੇ ਜਿਹੜਾ ਕਿ ਬਿੱਲ ਕਿੰਨਾ। ਪਾਸ ਹੋਇਆ ਹੈ ਹਾਂਜੀ ਮੈਂ ਸੁਣਨ ਦਿਆ ਸੀ, ਮੈਂ ਕੋਈ ਕੱਲ੍ਹ ਯੂਟਿਊਬ 'ਤੇ ਵੀਡੀਓ ਵੇਖਣ ਦਿਆ ਸੀ, ਉੱਤੇ ਆਉਂਦਿਆ ਸੀ ਕਿ ਜਿਹੜਾ ਬਿੱਲ ਪਾਸ ਹੋਇਆ ਇਹਦੇ ਕਿਤੇ ਵੀ ਮਿਨੀਮਮ ਰੇਟ ਦਾ ਜ਼ਿਕਰ ਨਹੀਂ ਕੀਤਾ ਗਿਆ, ਕਿਉਂਕਿ ਹਾਂਜੀ ਰੇਟ ਪ੍ਰਾਈਵੇਟ ਕੰਪਨੀਆਂ ਨੇ ਫਿਕਸ ਕਰਨਾ, ਪਰ ਜਿਹੜੇ ਅੰਬਾਨੀ ਅਡਾਨੀ ਹੋਣੀ ਆ ਇਹਨਾਂ ਨੇ ਫਿਕਸ ਕਰਨਾ, ਜਾਂ ਜਿਹੜੀ ਵੀ ਪ੍ਰਾਈਵੇਟ ਕੰਪਨੀ ਤੁਹਾਡੇ ਦਾ ਕਨੈਕਟ ਹੋਊਗੀ ਉਹਨੇ ਤੁਹਾਡਾ ਪ੍ਰਾਈਜ਼ ਲਾਉਣਾ, ਅਤੇ ਫਿਰ ਤੁਹਾਡੀ ਮਰਜ਼ੀ ਤੁਸੀਂ ਵੇਚਣੀ ਕਿ ਨਹੀਂ, ਪਰ ਉਹਨਾਂ ਨੇ ਤੁਹਾਨੂੰ ਪ੍ਰਾਈਜ਼ ਦੇਣਾ ਹੀ ਨਹੀਂ ਗਾ, ਕਿਉਂਕਿ ਆਪਣੇ ਕਿਸਾਨ ਇੰਡੀਆ ਦੇ ਵਿੱਚ ਹੈ ਹੀ ਇੰਨਾ ਜ਼ਿਆਦਾ ਕਿ ਉਹ ਤੁਹਾਡੇ ਤੋਂ ਕਿਉਂ ਲਊਗਾ, ਜਿੱਥੋਂ ਉਹਨੂੰ ਸਸਤਾ ਮਿਲੂਗਾ ਤਾਂ ਉੱਥੋਂ ਪ੍ਰੈਫਰ ਕਰੂਗਾ ਲੈਣਾ। ਹਾਂਜੀ, ਕਿਉਂਕਿ ਦੂਜੇ ਪਾਸੇ ਤੁਸੀਂ ਦੇਖੋਗੇ ਆੜ੍ਹਤੀ ਸਿਰਫ ਹੈਗਾ 6 ਲੱਖ, ਕਿਸਾਨ ਹੈਗਾ 80 ਲੱਖ, ਇਹ ਇੱਕ ਬਹੁਤ ਵੱਡਾ ਵੱਡਾ ਇੱਕ ਬਹੁਤ ਵੱਡਾ ਨੁਕਸਾਨ ਆ ਕਿਸਾਨ ਵਾਸਤੇ, ਕਿਉਂਕਿ ਕਿਸਾਨ ਨੂੰ ਵੱਧ ਤੋਂ ਵੱਧ ਅਮਾਉਂਟ ਚਾਹੀਦੀ ਆ। ਸਵਾਮੀਨਾਥਨ ਦੀ ਰਿਪੋਰਟ ਦਾ ਤੁਹਾਨੂੰ ਪਤਾ ਹੀ ਆ, ਉਹ ਅਜੇ ਤੱਕ ਸਰਕਾਰ ਨੇ ਲਾਗੂ ਹੀ ਨਹੀਂ ਨਹੀਂ ਕੀਤੀ, ਕੀਤੀ ਉਹ ਲਾਗੂ ਤਾਂ ਹੀ ਨਹੀਂ ਕੀਤੀ ਕਿਉਂਕਿ ਉਹ 'ਚ ਵੀ ਕਾਸਤ ਸਾਰਾ ਕੁਛ ਮਿਲਾ ਮਿਲੂ ਕੇ ਰੇਟ ਦੱਸਿਆ ਗਿਆ ਵੀ ਇੰਨਾ ਘੱਟੋ ਘੱਟ ਮੁੱਲ ਹੋਣਾ ਚਾਹੀਦਾ ਫਸਲ ਦਾ, ਪਰ ਸਰਕਾਰ ਨੇ ਦਿੱਤਾ ਹੀ ਨਹੀਂ, ਉਹਦਾ ਬਿੱਲ ਵਿੱਚ ਕਿਤੇ ਜ਼ਿਕਰ ਹੀ ਨਹੀਂ ਆ। ਠੀਕ ਹੈ, ਇੱਥੋਂ ਪਤਾ ਲੱਗਦਾ ਵੀ ਦੋਗਲੀ ਨੀਤੀ ਆ ਸਰਕਾਰ ਦੀ। ਬਾਕੀ ਮੇਨ ਇਹਨਾਂ ਦਾ ਮਕਸਦ ਆ ਤੁਹਾਡੇ ਸਿਰ 'ਤੇ ਬਿਠਾਇਆ ਜਾਵੇ ਅਡਾਨੀ ਨੂੰ, ਅੰਬਾਨੀ ਨੂੰ, ਪ੍ਰਾਈਵੇਟ ਹੋਰ ਕੰਪਨੀ ਆ ਵੀ ਜਾਣ, ਜਿੰਨਾ ਵੀ ਕਾਰਪੋਰੇਟ ਘਰਾਣਾ ਵਾ ਉਹਨਾਂ ਨੂੰ ਬਿਠਾ ਲਿਆ ਜਾਵੇ, ਉਹ ਲੁੱਟਣ ਸਰਕਾਰ ਸਰਕਾਰ ਦੇ ਥਰੂ, ਉਹ ਵੀ ਲੁੱਟਣ ਸਰਕਾਰ ਵੀ ਲੁੱਟੇ, ਅਤੇ ਕਿਸਾਨ ਦਾ ਹੋਵੇ ਨੁਕਸਾਨ, ਕਿਸਾਨ ਨੂੰ ਨੁਕਸਾਨ ਹੋਵੇ। ਅਤੇ ਇਹਦੇ ਕਰਕੇ ਚਲੋ ਥੋੜ੍ਹਾ ਬਹੁਤ ਤੁਸੀਂ ਆਪ ਵੀ ਸਰਚ ਕਰਾਇਆ ਕਰੋ, ਸਮਝਦਾਰ ਬਾਕੀ ਬਣੋ, ਮੇਨ ਮਕਸਦ ਇਹੀ ਆਪਣਾ ਵੀ ਤੁਸੀਂ ਥੋੜ੍ਹੇ ਜਾਗਰੂਕ ਹੋਵੋ। ਨੌਜਵਾਨ ਪੀੜ੍ਹੀ ਵੀ ਦੇਖਿਆ ਗਿਆ ਬਹੁਤ ਘੱਟ ਹੀ ਦੇਖਦੀ ਆ ਵੀ ਕਿਸਾਨੀ ਮੁੱਦਿਆਂ ਦੇ, ਕਿਸਾਨੀ ਮੁੱਦਿਆਂ ਦੇ ਬਹੁਤ ਘੱਟ ਹੀ ਦੇਖਦੀ ਨੌਜਵਾਨ ਪੀੜ੍ਹੀ, ਇਸ ਕਰਕੇ ਸਾਡਾ ਮਕਸਦ ਹੀ ਵੀਡੀਓ ਬਣਾ ਕੇ ਚਲੋ ਥੋੜ੍ਹਾ ਬਹੁਤ ਦੱਸ ਸਕੀਏ ਜਿੰਨੀ ਕੁ ਨੌਲੇਜ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।